ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿਛਲੀ ਵੀਡੀਓ ਦੇ ਵਿੱਚ ਆਪਾਂ ਟੌਪਿਕ ਕੀਤਾ ਸੀ ਪ੍ਰੋਸੈਸ ਆਫ ਸਕ੍ਰਿਪਟ ਰਾਈਟਿੰਗ, ਅਤੇ ਅੱਜ ਆਪਾਂ ਕਰਾਂਗੇ ਐਲੀਮੈਂਟਸ ਆਫ ਸਕ੍ਰਿਪਟ, ਯਾਨੀ ਕਿ ਇੱਕ ਸਕ੍ਰਿਪਟ ਦੇ ਕਿਹੜੇ ਕਿਹੜੇ ਤੱਤ ਹੁੰਦੇ ਨੇ ਉਹਨਾਂ ਬਾਬਤ ਅੱਜ ਆਪਾਂ ਗੱਲਬਾਤ ਕਰਾਂਗੇ। ਇਸ ਦਾ ਪਹਿਲਾ ਐਲੀਮੈਂਟ ਹੁੰਦਾ ਹੈ ਆਊਟਲਾਈਨ ਯੂਅਰ ਸਟੋਰੀ, ਯਾਨੀ ਕਿ ਤੁਸੀਂ ਆਪਣੀ ਸਟੋਰੀ ਦੀ ਇੱਕ ਆਊਟਲਾਈਨ ਦੱਸਣੀ ਹੁੰਦੀ ਹੈ ਕਿ ਤੁਹਾਡੀ ਸਟੋਰੀ ਕੀ ਹੈ, ਤੁਸੀਂ ਆਪਣੀ ਸਟੋਰੀ ਦੇ ਵਿੱਚ ਕੀ ਦਿਖਾਉਣਾ ਚਾਹੁੰਦੇ ਹੋ, ਅਤੇ ਮੇਨ ਫੋਕਸ ਜਿਹੜਾ ਹੈ ਉਹ ਕੌਨਫਲਿਕਟ ਦੇ ਉੱਤੇ ਕੀਤਾ ਜਾਂਦਾ ਹੈ। ਜੇਕਰ ਤੁਹਾਡੀ ਸਕ੍ਰਿਪਟ ਦਾ ਇੱਕ ਪੇਜ ਜੋ ਹੈ ਉਸਦਾ ਸਕਰੀਨ ਟਾਈਮ ਜਿਹੜਾ ਹੈ ਲਗਭਗ 1 ਮਿੰਟ ਦੇ ਕਰੀਬ ਹੁੰਦਾ ਹੈ, ਯਾਨੀ ਕਿ ਇੱਕ ਪੇਜ ਦੀ ਸਕ੍ਰਿਪਟ ਨੂੰ ਜਦੋਂ ਪਰਦੇ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸਦਾ ਸਮਾਂ ਲਗਭਗ 1 ਮਿੰਟ ਦੇ ਕਰੀਬ ਹੁੰਦਾ ਹੈ। ਉਸ ਤੋਂ ਅਗਲਾ ਪੁਆਇੰਟ ਹੈ ਰਾਈਟਿੰਗ ਯੂਅਰ ਸਟੋਰੀ ਇਨ 3 ਐਕਟਸ, ਜਿਹੜੀ ਤੁਹਾਡੀ ਸਟੋਰੀ ਹੈ ਉਸਨੂੰ ਹਮੇਸ਼ਾ 3 ਐਕਟਸ ਦੇ ਵਿੱਚ ਜਿਹੜਾ ਹੈ ਲਿਖਿਆ ਜਾਂਦਾ ਹੈ। ਪਹਿਲੇ ਐਕਟ ਦੇ ਵਿੱਚ ਇੰਟਰੋਡਿਊਸ ਦ ਵਰਲਡ, ਕਰੈਕਟਰਸ ਐਂਡ ਟੋਨ ਆਫ ਸਟੋਰੀ, ਯਾਨੀ ਕਿ ਪਹਿਲੇ ਐਕਟ ਦੇ ਵਿੱਚ ਜਿਹੜਾ ਹੈ ਤੁਸੀਂ ਫਿਲਮ ਦੇ ਵਿੱਚ ਜੋ ਦੁਨੀਆ ਨੂੰ ਸਿਰਜ ਰਹੇ ਹੋ ਉਸਨੂੰ ਦਿਖਾਇਆ ਜਾਂਦਾ ਹੈ। ਤੁਸੀਂ ਆਪਣੇ ਕਰੈਕਟਰਸ ਨੂੰ ਜਿਹੜਾ ਹੈ ਇੰਟਰੋਡਿਊਸ ਕਰਦੇ ਹੋ, ਜਿਹੜੀ ਤੁਹਾਡੀ ਸਟੋਰੀ ਦੀ ਟੋਨ ਹੈ ਉਸਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਸਟੋਰੀ ਜਿਹੜੀ ਹੈ ਉਹ ਐਕਸ਼ਨ ਹੈ ਜਾਂ ਕਾਮੇਡੀ ਹੈ, ਇਹਦੇ ਬਾਰੇ ਜਿਹੜਾ ਹੈ ਫਸਟ ਐਕਟ ਦੇ ਵਿੱਚ ਦੱਸਿਆ ਜਾਂਦਾ ਹੈ। ਫਸਟ ਐਕਟ ਨੂੰ ਜਿਹੜਾ ਹੈ ਸਕ੍ਰਿਪਟ ਦੇ ਲਗਭਗ 30 ਪੇਜਿਸ ਦੇ ਉੱਪਰ ਲਿਖਿਆ ਜਾਂਦਾ ਹੈ। ਜੇਕਰ ਕਾਮੇਡੀ ਫਿਲਮ ਦੀ ਤੁਸੀਂ ਸਕ੍ਰਿਪਟ ਲਿਖ ਰਹੇ ਹੋ ਤਾਂ ਉਸਦੇ ਫਸਟ ਐਕਟ ਨੂੰ ਤੁਸੀਂ ਲਗਭਗ 24 ਪੇਜਿਸ ਦੇ ਵਿੱਚ ਜਿਹੜਾ ਹੈ ਲਿਖਣਾ ਹੁੰਦਾ ਹੈ। ਉਸ ਤੋਂ ਅੱਗੇ ਆ ਜਾਂਦਾ ਹੈ ਐਕਟ 2। ਐਕਟ 2 ਜਿਹੜਾ ਹੈ ਉਹ ਫਿਲਮ ਦਾ ਮੇਨ ਪੋਰਸ਼ਨ ਹੁੰਦਾ ਹੈ। ਇਸ ਦੇ ਵਿੱਚ ਜਿਹੜਾ ਹੈ ਇਹ ਦਿਖਾਇਆ ਜਾਂਦਾ ਹੈ ਕਿ ਜਿਹੜਾ ਤੁਹਾਡੀ ਫਿਲਮ ਦਾ ਹੀਰੋ ਹੈ ਉਹ ਕਿਹੜੀਆਂ ਕਿਹੜੀਆਂ ਕੜੀਆਂ ਦੇ ਵਿੱਚ ਉਲਝ ਰਿਹਾ ਹੈ, ਉਹਨਾਂ ਸਾਰਿਆਂ ਨੂੰ ਜਿਹੜਾ ਹੈ ਐਕਟ 2 ਦੇ ਵਿੱਚ ਦਿਖਾਇਆ ਜਾਂਦਾ ਹੈ। ਸਕ੍ਰਿਪਟ ਦੇ ਜੇਕਰ ਪੇਜਿਸ ਦੀ ਗੱਲ ਕਰੀਏ ਤਾਂ ਐਕਟ 2 ਨੂੰ ਲਗਭਗ ਜਿਹੜਾ ਹੈ 60 ਪੇਜਿਸ ਦੇ ਵਿੱਚ ਜਿਹੜਾ ਹੈ ਪੇਸ਼ ਕੀਤਾ ਜਾਂਦਾ ਹੈ, 60 ਪੇਜਿਸ ਦੇ ਵਿੱਚ ਜਿਹੜਾ ਹੈ ਲਿਖਿਆ ਜਾਂਦਾ ਹੈ। ਕਾਮੇਡੀ ਫਿਲਮਾਂ ਦੇ ਵਿੱਚ ਜਿਹੜਾ ਹੈ ਲਗਭਗ 48 ਪੇਜਿਸ ਦੇ ਉੱਤੇ ਜਿਹੜਾ ਹੈ ਐਕਟ 2 ਨੂੰ ਜਿਹੜਾ ਹੈ ਲਿਖਿਆ ਜਾਂਦਾ ਹੈ। ਐਕਟ 3 ਦੇ ਵਿੱਚ ਜਿਹੜਾ ਹੈ ਜਿਨ੍ਹਾਂ ਕੜੀਆਂ ਦੇ ਵਿੱਚ ਐਕਟ 2 ਦੇ ਵਿੱਚ ਜਿਹੜਾ ਹੀਰੋ ਹੈ ਉਲਝ ਰਿਹਾ ਸੀ ਉਹਨਾਂ ਕੜੀਆਂ ਨੂੰ ਜਿਹੜਾ ਹੈ ਐਕਟ 3 ਦੇ ਵਿੱਚ ਸੁਲਝਾਇਆ ਜਾਂਦਾ ਹੈ, ਅਤੇ ਐਕਟ 3 ਹੈ ਇਹਦੇ ਵਿੱਚ ਲਗਭਗ ਪੇਜਿਸ ਦੀ ਗਿਣਤੀ ਜਿਹੜੀ ਹੈ 30 ਹੁੰਦੀ ਹੈ ਸਕ੍ਰਿਪਟ ਦੇ, ਅਤੇ ਜੇਕਰ ਕਾਮੇਡੀ ਫਿਲਮ ਹੈ ਤਾਂ ਇਸਦੇ ਪੇਜਿਸ ਦੀ ਐਕਟ 3 ਦੀ ਜਿਹੜੀ ਹੈ ਸਕ੍ਰਿਪਟ ਦੇ ਪੇਜਿਸ ਦੀ ਗਿਣਤੀ ਲਗਭਗ 24 ਦੇ ਕਰੀਬ ਹੋਏਗੀ। ਉਸ ਤੋਂ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਐਡ ਸੀਕੁਐਂਸਿਸ, ਯਾਨੀ ਕਿ ਜੋ ਸਾਡੀ ਫਿਲਮ ਹੈ ਉਸਦੇ ਵਿੱਚ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਵੀ ਦਿਖਾਇਆ ਜਾਂਦਾ ਹੈ। ਇਹ ਛੋਟੀਆਂ ਛੋਟੀਆਂ ਘਟਨਾਵਾਂ ਜਿਹੜੀਆਂ ਨੇ ਇੰਡੀਪੈਂਡੈਂਟ ਹੁੰਦੀਆਂ ਨੇ, ਇਹਨਾਂ ਦੇ ਜ਼ਰੀਏ ਜਿਹੜਾ ਹੈ ਫਿਲਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਤੇ ਇਹ ਜਿਹੜੇ ਹੈ ਲਗਭਗ 10 ਤੋਂ 15 ਪੇਜਿਸ ਹੁੰਦੇ ਨੇ ਸਕ੍ਰਿਪਟ ਦੇ, ਉਹ ਜਿਹੜੇ ਹੈ ਇਹਨਾਂ ਛੋਟੀਆਂ ਛੋਟੀਆਂ ਘਟਨਾਵਾਂ ਦੇ ਲਈ ਰੱਖੇ ਜਾਂਦੇ ਹੈ। ਉਸ ਤੋਂ ਅੱਗੇ ਹੈ ਸਟਾਰਟਿੰਗ ਰਾਈਟਿੰਗ ਸੀਨਸ, ਫਿਰ ਜਿਹੜਾ ਹੈ ਸੀਨਸ ਨੂੰ ਜਿਹੜਾ ਹੈ ਜੋ ਤੁਹਾਡੀ ਫਿਲਮ ਦੇ ਸੀਨਸ ਨੇ ਉਹਨਾਂ ਨੂੰ ਲਿਖਿਆ ਜਾਂਦਾ ਹੈ ਕਿ ਤੁਹਾਡੀ ਫਿਲਮ ਦੇ ਪਹਿਲੇ ਸੀਨ ਦੇ ਵਿੱਚ ਕੀ ਹੋਏਗਾ, ਦੂਸਰੇ ਸੀਨ ਦੇ ਵਿੱਚ ਕੀ ਹੋਏਗਾ, ਤੀਸਰੇ ਸੀਨ ਦੇ ਵਿੱਚ ਕੀ ਹੋਏਗਾ, ਇਹਨਾਂ ਸਾਰੀਆਂ ਜਿਹੜੇ ਸੀਨਸ ਨੇ ਇਹਨਾਂ ਨੂੰ ਲਿਖਿਆ ਜਾਂਦਾ ਹੈ। ਉਸ ਤੋਂ ਅੱਗੇ ਹੈ ਬਿਗਿਨ ਰਾਈਟਿੰਗ ਡਾਇਲੋਗਸ, ਫਿਰ ਜਿਹੜੇ ਹੈ ਫਿਲਮ ਦੇ ਡਾਇਲੋਗਸ ਨੂੰ ਲਿਖਿਆ ਜਾਂਦਾ ਹੈ। ਆਪਾਂ ਅੱਗੇ ਜਿਹੜਾ ਹੈ ਟੌਪਿਕ ਕਰਾਂਗੇ ਤੁਹਾਡੇ ਸਿਲੇਬਸ ਦੇ ਵਿੱਚ, ਕਿਉਂਕਿ ਇੱਕ ਵੱਖਰਾ ਟੌਪਿਕ ਹੈ ਡਾਇਲੋਗਸ ਦਾ, ਸੋ ਆਪਾਂ ਜਿਹੜਾ ਹੈ ਅਗਲੀ ਵੀਡੀਓ ਦੇ ਵਿੱਚ ਇਹਨਾਂ ਦੇ ਬਾਰੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ। ਉਸ ਤੋਂ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਕੱਟ ਅਵੇ ਦ ਡੈਡ ਵੇਟ, ਯਾਨੀ ਕਿ ਜਦੋਂ ਤੁਹਾਡੀ ਸਾਰੀ ਸਕ੍ਰਿਪਟ ਲਿਖੀ ਜਾਂਦੀ ਹੈ, ਸਾਰੀ ਸਕ੍ਰਿਪਟ ਲਿਖਣ ਤੋਂ ਬਾਅਦ ਉਸਨੂੰ ਜਿਹੜਾ ਹੈ ਦੁਬਾਰਾ ਪੜ੍ਹਿਆ ਜਾਂਦਾ ਹੈ, ਅਤੇ ਉਸ ਦੇ ਵਿੱਚ ਜਿਹੜੀਆਂ ਬੇਲੋੜੀਆਂ ਚੀਜ਼ਾਂ ਨੇ ਉਹਨਾਂ ਨੂੰ ਕੱਟ ਦਿੱਤਾ ਜਾਂਦਾ ਹੈ, ਜਿਨ੍ਹਾਂ ਚੀਜ਼ਾਂ ਦੀ ਸਕ੍ਰਿਪਟ ਦੇ ਵਿੱਚ ਕੋਈ ਮਹੱਤਤਾ ਨਹੀਂ ਹੈ ਉਹਨਾਂ ਸਾਰੀਆਂ ਨੂੰ ਫਿਰ ਜਿਹੜਾ ਹੈ ਕੱਟ ਦਿੱਤਾ ਜਾਂਦਾ ਹੈ। ਉਸ ਤੋਂ ਅਗਲਾ ਪੁਆਇੰਟ ਹੈ ਰਿਵਾਈਜ਼ ਯੂਅਰ ਵਰਕ, ਜਦੋਂ ਤੁਸੀਂ ਆਪਣੀ ਸਾਰੀ ਸਕ੍ਰਿਪਟ ਨੂੰ ਲਿਖ ਲਿਆ, ਉਹਦੀ ਆਊਟਲਾਈਨ ਬਣਾ ਲਈ, ਉਹਦੇ ਜਿਹੜੇ ਐਕਟ 3 ਸੀਗੇ ਉਹਨਾਂ ਨੂੰ ਵੀ ਲਿਖ ਲਿਆ, ਐਡ ਸੀਕੁਐਂਸ ਵੀ ਕਰ ਲਏ, ਉਹਦੇ ਸੀਨਸ ਨੂੰ ਵੀ ਲਿਖ ਲਿਆ, ਅਤੇ ਉਸਦੇ ਡਾਇਲੋਗਸ ਨੂੰ ਵੀ ਲਿਖ ਲਿਆ, ਅਤੇ ਬੇਲੋੜੀਆਂ ਚੀਜ਼ਾਂ ਨੂੰ ਵੀ ਤੁਸੀਂ ਕੱਟ ਦਿੱਤਾ, ਉਸ ਤੋਂ ਬਾਅਦ ਤੁਸੀਂ ਜਿੰਨਾ ਵੀ ਸਕ੍ਰਿਪਟ ਦੇ ਉੱਤੇ ਕੰਮ ਕੀਤਾ ਹੈ ਉਸ ਸਾਰੇ ਵਰਕ ਨੂੰ ਰਿਵਾਈਜ਼ ਕੀਤਾ ਜਾਂਦਾ ਹੈ, ਉਸ ਸਾਰੇ ਵਰਕ ਨੂੰ ਦੇਖਿਆ ਜਾਂਦਾ ਹੈ ਕਿ ਫਿਲਮ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਜਿਹੜਾ ਸ਼ਾਮਿਲ ਕੀਤਾ ਗਿਆ ਹੈ। ਸੋ ਇਹ ਸਾਰੇ ਸੀਗੇ ਐਲੀਮੈਂਟਸ ਆਫ ਸਕ੍ਰਿਪਟਸ, ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸਕਰੀਨ ਪਲੇ ਜੋ ਤੁਹਾਡਾ ਟੌਪਿਕ ਹੈ ਉਸ ਬਾਬਤ ਗੱਲਬਾਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।